ਬਈ ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ, ਪਿੰਡ ਸੁਣੀਦਾ, ਪਿੰਡ ਸੁਣੀਦਾ। ਜੀ ਹਾਂ, ਪਿੰਡ ਸੁਣੀਦਾ ਮਾਨਕ ਢੇਰੀ। ਮਾਨਕ ਢੇਰੀ ਯਾਨੀ ਹੀਰੇ ਮੋਤੀ ਜਵਾਹਰ ਤੇ ਮਾਨਕਾਂ ਦੀ ਢੇਰੀ ਦਾ ਖਜ਼ਾਨਾ। ਵਾਕਿਆ ਇਹ ਪਿੰਡ ਬਹੁਤ ਹੀ ਕੀਮਤੀ ਢੇਰੀ ਰੂਪੀ ਖਜ਼ਾਨੇ ਦਾ ਮਾਲ ਹੈ। ਚਾਹੇ ਇਸ ਪਿੰਡ ਦੀ ਰਹਿਣੀ ਬਹਿਣੀ ਵੇਖ ਲਓ, ਚਾਹੇ ਇੱਥੇ ਵਸਦੇ ਲੋਕਾਂ ਦੀ ਜੀਵਨ ਜਾਂਚ ਤੇ ਜਾਂ ਫਿਰ ਵਿਕਾਸ ਦੀ ਨਵੀਂ ਨੁਹਾਰ ਵੱਲ ਨਜ਼ਰ ਮਾਰ ਲਓ, ਨਿਸ਼ਚਿਤ ਰੂਪ 'ਚ ਅਹਿਸਾਸ ਹੋਵੇਗਾ ਕਿ ਮਾਨਕ ਢੇਰੀ ਪਿੰਡ ਇੱਕ ਅਲੱਗ ਤੇ ਨਵੇਕਲੀ ਦਿੱਖ ਦਾ ਮਾਲਕ, ਪ੍ਰਤੀਕ ਤੇ ਮੂੰਹ ਬੋਲ ਦੀ ਤਸਵੀਰ ਹੈ। ਚਲੋ ਮਾਰਦੇ ਹਾਂ ਗੇੜੀ ਪਿੰਡ ਦੇ ਆਲੇ ਦੁਆਲੇ ਤੇ ਜਾਣਦੇ ਹਾਂ ਸਰਕਾਰ ਦੀ ਇਸ ਪਿੰਡ ਦੇ ਵਿਕਾਸ ਦੇ ਪਹੀਏ ਦੀ ਰਫਤਾਰ ਬਾਰੇ, ਇਸ ਦੀ ਵੱਖਰੀ ਮੜਕ, ਆਨ ਬਾਨ ਤੇ ਸ਼ਾਨ ਬਾਰੇ। ਮਾਨਕ ਢੇਰੀ ਪਿੰਡ ਚੋਆਂ, ਚੌਧਰੀਆਂ ਤੇ ਮਿੱਠੇ ਅੰਬਾਂ ਦੀ ਜ਼ਰਖੇਜ਼ ਧਰਤੀ ਵਿੱਚ ਵਸਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ 1 ਦੀ ਮੁਕਦੀ ਸਰਹੱਦ ਤੇ ਸਥਿਤ ਹੈ, ਜਿਸ ਤੋਂ ਜਲੰਧਰ ਜ਼ਿਲ੍ਹਾ ਸ਼ੁਰੂ ਹੁੰਦਾ ਹੈ। ਮਾਨਕ ਢੇਰੀ ਵਿੱਚ ਵੱਖ ਵੱਖ ਵਰਗਾਂ ਦੇ 1600 ਤੋਂ ਵੱਧ ਲੋਕ ਆਪਸੀ ਪਿਆਰ, ਮੋਹ ਦੀਆਂ ਤੰਦਾਂ ਜੋੜ ਕੇ ਬਹੁਤ ਹੀ ਏਕਤਾ ਅਤੇ ਸਦਭਾਵਨਾ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਇਸ ਪਿੰਡ ਨੂੰ ਨਾਜ਼ ਹੈ ਕਿ ਇਹ ਪਿੰਡ ਅਜੋਕੇ ਯੁੱਗ ਦੀਆਂ ਸਾਰੀਆਂ ਆਧੁਨਿਕ ਤੇ ਬੁਨਿਆਦੀ ਸਹੂਲਤਾਂ ਨਾਲ ਭਰਪੂਰ ਹੈ। ਲਓ ਜੀ, ਆਪਾਂ ਇਸ ਇਮਾਰਤ ਕੋਲ ਪਹੁੰਚ ਗਏ ਹਾਂ। ਇਹ ਹੈ ਸਰਕਾਰ ਦੀ ਇਨਾਇਤ ਨਾਲ ਪਿੰਡਾਂ ਦੇ ਲੋਕਾਂ ਲਈ ਬਣਾਈ ਸਹਿਕਾਰੀ ਸਭਾ ਦੀ ਬਹੁਤ ਉਪਯੋਗੀ ਸੰਸਥਾ। ਇੱਥੇ ਖਾਸ ਕਰਕੇ ਕਿਸਾਨਾਂ ਦੀ ਹਰ ਮੁਸ਼ਕਲ ਵਿੱਚ ਬਾਂਹ ਫੜੀ ਜਾਂਦੀ ਹੈ ਤੇ ਉਹਨਾਂ ਦੀ ਕਿਸਾਨੀ ਨਾਲ ਸੰਬੰਧਿਤ ਸਮਾਨ ਦੇ ਕੇ ਸਹਾਇਤਾ ਕੀਤੀ ਜਾਂਦੀ ਹੈ। ਇਹ ਚਿੱਟੇ ਇਨਕਲਾਬ ਦੀ ਹਾਮੀ ਭਰਦੀ ਦਿਹਾਤੀ ਸੰਸਥਾ, ਪਿੰਡ ਦੀ ਸਹਿਕਾਰੀ ਦੁੱਧ ਉਤਪਾਦਕ ਸਭਾ। ਇੱਥੇ ਦੁੱਧ ਉਤਪਾਦਕਾਂ ਨੂੰ ਜਿੱਥੇ ਦੂਰ ਦੁਰਾਡੇ ਆਪਣਾ ਦੁੱਧ ਵੇਚਣ ਵਾਸਤੇ ਨਹੀਂ ਜਾਣਾ ਪੈਂਦਾ, ਉੱਥੇ ਇਸ ਸਭਾ 'ਚ ਕਿਸਾਨਾਂ ਨੂੰ ਬਾਜ਼ਾਰ ਦੀ ਲੁੱਟ ਤੋਂ ਬਚਾ ਕੇ ਵਾਜਬ ਭਾਅ ਨਾਲ ਨਿਵਾਜਿਆ ਜਾਂਦਾ ਹੈ। ਇਨਸਾਨੀ ਸਰੀਰ ਨੂੰ ਕਈ ਵਾਰ ਕਈ ਬਿਮਾਰੀਆਂ ਤੇ ਦੁੱਖ ਸੁੱਖ ਨਾਲ ਦੋ ਚਾਰ ਹੋਣਾ ਪੈਂਦਾ ਹੈ। ਇਹ ਹੈ ਪਿੰਡ ਦੇ ਲੋਕਾਂ ਦੇ ਸਰੀਰਕ ਕਸ਼ਟ ਨਿਵਾਰਨ ਲਈ ਬਣਾਈ ਗਈ ਸਰਕਾਰੀ ਡਿਸਪੈਂਸਰੀ, ਜਿੱਥੇ ਮੁਫਤ ਵਿੱਚ ਇਲਾਜ ਦੀ ਸਹੂਲਤ ਹੈ। ਤੇ ਲਓ ਜੀ, ਹੁਣ ਅਸੀਂ ਪਹੁੰਚ ਗਏ ਹਾਂ ਕਿਸਾਨ ਦੇ ਹਰ ਵੇਲੇ ਦੇ ਸਾਥੀ, ਪਸ਼ੂਆਂ ਦੇ ਇਲਾਜ ਦੇ ਸਰਕਾਰੀ ਹਸਪਤਾਲ ਵਿੱਚ। ਇੱਥੇ ਪਸ਼ੂਆਂ ਦੀਆਂ ਸਾਰੀਆਂ ਬਿਮਾਰੀਆਂ ਦਾ ਜਿੱਥੇ ਇਲਾਜ ਕੀਤਾ ਜਾਂਦਾ ਹੈ, ਉੱਥੇ ਮੌਕੇ ਮੌਕੇ ਤੇ ਪਸ਼ੂਆਂ ਦੀ ਸਾਂਭ ਸੰਭਾਲ ਤੋਂ ਇਲਾਵਾ ਨਵੇਂ ਦੁੱਧ ਕਰਨ ਦੇ ਆਧੁਨਿਕ ਟੀਕੇ ਲਗਵਾਉਣ ਦੀ ਵੀ ਪੂਰੀ ਸਹੂਲਤ ਹੈ। ਤੇ ਹੁਣ ਆਪਾਂ ਪਹੁੰਚ ਗਏ ਹਾਂ ਮਾਨਕ ਢੇਰੀ ਦੇ ਸਰਕਾਰੀ ਆਂਗਣਵਾੜੀ ਕੇਂਦਰ ਵਿੱਚ। ਇਹ ਨੰਨੇ ਮੁੰਨੇ ਬੱਚਿਆਂ ਦਾ ਸਕੂਲ ਹੈ। ਇੱਥੇ ਬੱਚਿਆਂ ਨੂੰ ਘਰ ਤੋਂ ਬਾਹਰ ਵਿਦਿਆ ਪ੍ਰਾਪਤ ਕਰਨ ਲਈ ਮਾਹੌਲ ਨਾਲ ਰਚਣ ਮਿਚਣ ਦਾ ਮੌਕਾ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਖਾਣ ਪੀਣ ਦਾ ਢੰਗ ਵੀ ਸਿਖਾਇਆ ਜਾਂਦਾ ਹੈ। ਹੁਣ ਆ ਗਿਆ ਜੀ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ, ਜਿੱਥੇ ਸਰਕਾਰ ਵੱਲੋਂ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਉਹ ਵੀ ਨਵੇਂ ਤੇ ਆਧੁਨਿਕ ਢੰਗ ਤਰੀਕੇ ਨਾਲ।
ਆਪਾਂ ਹੁਣ ਮਾਨਕ ਢੇਰੀ ਦੇ ਸਰਕਾਰੀ ਹਾਈ ਸਕੂਲ ਵਿੱਚ ਖੜੇ ਹਾਂ। ਇਸ ਵਿੱਚ ਬਹੁਤ ਸਾਰੀਆਂ ਨਵੀਆਂ ਆਧੁਨਿਕ ਤਕਨੀਕਾਂ ਨਾਲ ਵਿਦਿਆ ਮੁਹੱਈਆ ਕਰਵਾਈ ਜਾਂਦੀ ਹੈ ਤੇ ਦੁਪਹਿਰ ਦਾ ਖਾਣਾ ਵੀ ਅਧਿਆਪਕਾਂ ਦੀ ਦੇਖ ਰੇਖ ਵਿੱਚ ਹੀ ਸਰਕਾਰ ਵੱਲੋਂ ਖਵਾਇਆ ਜਾਂਦਾ ਹੈ। ਇਸ ਸਕੂਲ ਵਿੱਚ ਬਹੁਤ ਹੀ ਵਧੀਆ ਤੇ ਤਜਰਬੇਕਾਰ ਅਧਿਆਪਕ ਤੈਨਾਤ ਨੇ। ਮੈਂ ਜਦੋਂ ਇਸ ਸਕੂਲ ਦੇ ਵਿੱਚ ਜੁਆਇਨ ਕੀਤਾ ਸੀ ਉਸ ਵੇਲੇ ਸਕੂਲ ਦਾ ਕੱਚਾ ਸੀ ਨੀਚਿਓ, ਔਰ ਪਿੰਡ ਵਾਲਿਆਂ ਦੀ ਬਹੁਤ ਹੀ ਸਹਿਯੋਗ ਦੇ ਨਾਲ NRI ਭਰਾਵਾਂ ਅਤੇ ਪਿੰਡ ਦੇ ਪਤਵੰਤ ਸੱਜਣਾਂ ਦੇ ਸਹਿਯੋਗ ਦੇ ਨਾਲ ਮੈਂ ਸਾਰੇ ਸਕੂਲ ਦੇ ਵਿੱਚ ਇੰਟਰਲੋਕ ਟਾਈਲਾਂ ਜਿਹੜੀਆਂ ਉਹ ਲਗਵਾਈਆਂ ਅਤੇ ਇੱਕ ਬਾਥਰੂਮ ਜਿਹੜਾ ਕਿ ਸੈਂਟਰਲ ਗਵਰਨਮੈਂਟ ਦੀ ਸਕੀਮ ਦੇ ਨਾਲ ਬਣਿਆ ਸੀਗਾ ਉਹ ਵੀ ਉਹ ਸਾਰੀ ਮੇਰੇ ਹੁੰਦਿਆਂ ਹੀ ਹੋਈ ਆ। ਸਕੂਲ ਦੇ ਬਾਹਰ ਜਿਹੜੀ ਇੱਕ ਸੜਕ ਅਪਰੋਚ ਸੜਕ ਸੀਗੀ ਬਹੁਤ ਹੀ ਖਸਤਾ ਹਾਲਤ ਸੀ, ਉਹ ਸੜਕ ਨੂੰ ਪੱਕਾ ਕਰਵਾਇਆ ਤਾਂ ਕਿ ਬੱਚਿਆਂ ਦੇ ਆਉਣ ਦੇ ਵਿੱਚ ਕੋਈ ਵੀ ਵਿਘਨ ਨਾ ਪਵੇ। ਗਵਰਨਮੈਂਟ ਵੱਲੋਂ ਵੀ ਇਸ ਸਕੂਲ ਨੂੰ ਬਹੁਤ ਸਾਰਾ ਸਹੂਲਤਾਂ ਦਿੱਤੀਆਂ ਗਈਆਂ ਜਿਵੇਂ ਕਿ ਲਾਇਬ੍ਰੇਰੀ ਦੀ ਉਸਾਰੀ ਕੀਤੀ ਗਈ ਔਰ ਇੱਕ ਰੋਟ ਰੂਮ ਔਰ ਕੰਪਿਊਟਰ ਲੈਬ ਵੀ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਵੈਲ ਸੈਟਲਡ ਹੈ, ਜਿਸ ਦੇ ਨਾਲ ਬੱਚੇ ਜਿਹੜੇ ਆ ਉਹ ਮਾਡਰਨ ਐਜੂਕੇਸ਼ਨ ਜਿਹੜੀ ਪ੍ਰਾਪਤ ਕਰਦੇ ਆ ਔਰ ਸਾਡੇ ਸਕੂਲ ਦਾ ਨਤੀਜਾ ਹਮੇਸ਼ਾ ਅੱਛਾ ਆਉਂਦਾ ਆ, ਸਾਡੇ ਬੱਚੇ ਮੈਰਿਟ ਦੇ ਵਿੱਚ ਆਉਂਦੇ ਆ। ਇਸ ਸਕੂਲ ਤੋਂ ਬੱਚੇ ਪੜ੍ਹ ਕੇ ਬਹੁਤ ਹਾਇਰ ਪਦਵੀਆਂ 'ਤੇ ਪਹੁੰਚੇ ਜਿਵੇਂ ਕਿ IAS PCS ਔਰ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਅੱਛੇ ਅਹੁਦਿਆਂ ਦੇ ਉੱਤੇ ਕੰਮ ਕਰ ਰਹੇ ਆ ਔਰ ਆਪਣੇ ਸਕੂਲ ਦਾ ਨਾਮ ਔਰ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਰਹੇ ਆ। ਲਓ ਜੀ ਹੁਣ ਤੁਹਾਨੂੰ ਵਿਖਾਉਂਦੇ ਆ ਡਾਕਟਰ BR ਅੰਬੇਦਕਰ ਭਵਨ ਦੀ ਇਮਾਰਤ ਜਿੱਥੇ ਪਿੰਡ ਵਿੱਚ ਹੋਣ ਵਾਲੇ ਘਰੇਲੂ ਤੇ ਸਮੂਹਕ ਸਮਾਗਮ ਖਾਸ ਕਰਕੇ ਵਿਆਹ ਕਰਨ ਦੀ ਸਹੂਲਤ ਹੈ ਜਿਹੜਾ ਪਿੰਡ ਦੇ ਲੋਕਾਂ ਖਾਸ ਕਰਕੇ NRI ਦੇ ਸਹਿਯੋਗ ਨਾਲ ਬਣਾਇਆ ਗਿਆ ਜਿਸ ਨਾਲ ਲੋਕ ਪੈਲਸਾਂ ਦੇ ਬੇਤਹਾਸ਼ਾ ਖਰਚਿਆਂ ਤੋਂ ਨਿਜਾਤ ਪਾਉਂਦੇ ਨੇ ਜਿਸ ਨਾਲ ਬਾਕੀ ਇਲਾਕੇ ਦੇ ਲੋਕਾਂ ਵਿੱਚ ਵੀ ਫਜ਼ੂਲ ਖਰਚੀ ਨਾ ਕਰਨ ਦੀ ਪ੍ਰੇਰਣਾ ਪ੍ਰਾਪਤ ਹੁੰਦੀ ਹੈ। ਇਹ ਹੈ ਜੀ ਪਿੰਡ ਦੇ ਸਾਰੇ ਵਰਗਾਂ ਲਈ ਨਿਰਮਾਣ ਕੀਤਾ ਗਿਆ ਸਾਂਝਾ ਸ਼ਮਸ਼ਾਨ ਘਾਟ। ਇਸ ਵਿੱਚ ਸਰਕਾਰ, ਪਿੰਡ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਨੇ ਬੇਹੱਦ ਰੁਚੀ ਲੈ ਕੇ ਇਸ ਨੂੰ ਲਾਹੇਵੰਦ ਬਣਾਇਆ। ਇਸ ਸ਼ਮਸ਼ਾਨ ਘਾਟ ਵਿੱਚ ਮੌਕੇ ਅਨੁਸਾਰ ਲੋੜੀਂਦੀ ਸਮੱਗਰੀ, ਬੈਠਣ, ਪਾਣੀ ਤੇ ਹੋਰ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ। ਇਸ ਸਥਾਨ ਦੀ ਸਫਾਈ ਤੇ ਪ੍ਰਦੂਸ਼ਣ ਰਹਿਤ ਕਰਨ ਲਈ ਦਰਖਤ, ਫੁੱਲ ਤੇ ਹੋਰ ਬਨਸਪਤੀ ਦਾ ਵੀ ਪੂਰਾ ਇੰਤਜ਼ਾਮ ਹੈ। ਸਾਡੇ ਪਿੰਡ ਦੇ ਵਿੱਚ ਬਹੁਤ ਤਰੱਕੀ ਹੋਈ ਹੈ, ਜਿੱਥੇ ਸਾਨੂੰ ਸਰਕਾਰਾਂ ਦਾ ਬਹੁਤ ਸਹਿਯੋਗ ਮਿਲਿਆ ਉੱਥੇ ਸਾਡੇ ਪਿੰਡ ਵਾਸੀਆਂ ਦਾ ਬਹੁਤ ਸਾਡੇ ਜਨ ਸਹਿਯੋਗ ਮਿਲਿਆ ਹੈਗਾ। ਜੋ ਵੀ ਪਿੰਡ ਵਿੱਚ ਅਸੀਂ ਕੰਮ ਕਰਦੇ ਹਾਂ ਨਾ ਇੱਕ ਦੂਸਰੇ ਪਿੰਡ ਦੀ ਸਹਿਮਤੀ ਨਾਲ ਹਰ ਚੀਜ਼ ਕਰਦੇ ਹਾਂ, ਪਿੰਡ ਸਾਡਾ ਸਹਿਯੋਗ ਹੁੰਦਾ ਹੈ। ਜਿੰਨਾ ਕਿ ਸਾਡੇ ਮਤਲਬ ਛੱਪੜ ਅਤੇ ਕੱਚੇ ਉਹ ਅਸੀਂ ਛੱਪੜ ਮਤਲਬ ਪੱਕੇ ਬਣਾਏ ਨੇ। ਸ਼ਮਸ਼ਾਨ ਘਾਟ ਦੇ ਵਿੱਚ ਪਿੰਡ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਵੀ 25 ਲੱਖ ਰੁਪਇਆ ਪਿੰਡ ਵਾਲਿਆਂ ਨੇ ਇਕੱਠਾ ਕਰਕੇ NRI ਭਰਾਵਾਂ ਨੇ ਉੱਥੇ ਲਗਾਇਆ। ਇਹ ਹੈ ਜੀ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਵਿਵਸਥਾ। ਇਹ ਪਾਣੀ ਅੰਡਰਗਰਾਉਂਡ ਕੱਢ ਕੇ ਛੱਪੜ ਵਿੱਚ ਪਾਇਆ ਗਿਆ। ਗੰਦਗੀ, ਬਦਬੂ ਤੇ ਪ੍ਰਦੂਸ਼ਣ ਦੇ ਪ੍ਰਭਾਵ ਤੋਂ ਬਚਣ ਲਈ ਛੱਪੜ ਤੇ ਚਾਰਦਵਾਰੀ ਕਰਕੇ ਉਸ ਨੂੰ ਢਕਿਆ ਗਿਆ। ਇਸੇ ਕੜੀ 'ਚ ਸਰਕਾਰ ਵੱਲੋਂ ਇਸ ਛੱਪੜ ਦੇ ਪਾਣੀ ਦਾ ਫਾਇਦਾ ਲੈਂਦਿਆਂ ਸੋਲਰ ਸਿਸਟਮ ਸਥਾਪਿਤ ਕਰਨ ਦਾ ਕੰਮ ਜਾਰੀ ਹੈ, ਜਿਸ ਨਾਲ ਇਹ ਪਾਣੀ ਖੇਤਾਂ ਦੀ ਸਿੰਚਾਈ ਲਈ ਵਰਦਾਨ ਸਾਬਤ ਹੋਵੇਗਾ। ਪਿੰਡ ਮਾਨਕ ਢੇਰੀ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਦੇ ਲੋਕਾਂ ਦੇ ਉਤਸ਼ਾਹ ਦੇ ਸਦਕਾ ਉਹਨਾਂ ਦੇ ਸਰਪੰਚ ਸਾਹਿਬ ਸ਼੍ਰੀ ਸੰਦੀਪ ਸਿੰਘ ਜੀ ਔਰ ਪਿੰਡ ਦੇ ਜਿਹੜੇ ਸਮੂਹ
ਮੁਅੱਜ਼ਜ਼ ਲੋਕਾਂ ਨੇ ਭੂਮੀ ਰੱਖਿਆ ਅਤੇ ਜਲ ਸੰਭਾਲ ਵਿਭਾਗ ਨੂੰ ਇੱਕ ਵਾਰੀ ਅਪਰੋਚ ਕੀਤਾ ਕਿ ਸਾਡੇ ਪਿੰਡ ਦੀਆਂ ਜਿਹੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ, ਉਹਨਾਂ ਸਮੱਸਿਆ ਦੇ ਉੱਤੇ ਉਹਨਾਂ ਨੇ ਆਪਣਾ ਰੈਜੋਲਿਊਸ਼ਨ ਪਾ ਕੇ ਦੱਸਿਆ ਕਿ ਸਾਨੂੰ ਆਹ ਸਾਡੀਆਂ ਪ੍ਰਾਇਓਰਟੀ 'ਚ ਪ੍ਰੋਬਲਮਸ ਨੇ, ਅਤੇ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਨੇ ਉਹਨਾਂ ਸਾਰੀਆਂ ਨੂੰ ਅਸੈਸ ਕੀਤਾ। ਇੱਕ ਤਾਂ ਇਸ ਉੱਤੇ ਕੰਮ ਕੀਤਾ ਗਿਆ ਕਿ ਦੋਨਾਂ ਸਕੂਲਾਂ ਦੇ ਜਿਹੜੇ ਪ੍ਰੈਮਿਸਿਸ ਹੈ ਉਹਨਾਂ ਦੀ ਟਾਈਲਿੰਗ ਕੀਤੀ ਗਈ, ਦੂਸਰਾ ਉਸ ਸਕੂਲ ਨੂੰ ਆਉਣ ਵਾਲੀ ਜਿਹੜੀ ਅਪਰੋਚ ਰਸਤੇ ਸੀਗੇ ਉਹ ਬਹੁਤ ਖਰਾਬ ਸੀਗੇ, ਬਰਸਾਤ 'ਚ ਉਹਨਾਂ 'ਚ ਬੱਚਿਆਂ ਨੂੰ ਲੰਘਣ 'ਚ ਬੜੀ ਮੁਸ਼ਕਲ ਆਉਂਦੀ ਸੀ। ਹੁਣ ਦੋਨਾਂ ਸਕੂਲਾਂ ਦੇ ਰਸਤਿਆਂ ਨੂੰ ਵੀ ਇੰਟਰਲੋਕ ਟਾਈਲਿੰਗ ਨਾਲ ਮੈਟਲ ਕੀਤਾ ਗਿਆ, ਔਰ ਹੁਣ ਪਿੰਡ ਵਾਸੀ ਦੱਸਦੇ ਨੇ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਸਕੂਲ ਆਉਣ 'ਚ ਉਤਸ਼ਾਹ ਵੀ ਵਾਧਾ ਹੋਇਆ, ਔਰ ਉਹਨਾਂ ਦੀ ਜਿਹੜੀ ਕਾਰਯਕਸ਼ਮਤਾ ਵੀ ਵਧੀ ਹੈ, ਉਹਨਾਂ ਦਾ ਜਿਹੜਾ ਸਮਾਂ ਵੀ ਵੇਸਟ ਨਹੀਂ ਹੁੰਦਾ, ਟੀਚਰਸ ਨੂੰ ਬੜਾ ਕੰਫਰਟੇਬਲ ਹੋ ਗਿਆ, ਸਕੂਲ ਨੂੰ ਸਾਫ਼ ਸੁਥਰਾ ਰੱਖਣਾ ਬੜਾ ਆਸਾਨ ਹੋ ਗਿਆ। ਇਸ ਤੋਂ ਬਾਅਦ ਸਰਪੰਚ ਸਾਹਿਬ ਔਰ ਲੋਕਾਂ ਨੇ ਸਾਨੂੰ ਇਹ ਕਿਹਾ ਕਿ ਇਸ ਪਿੰਡ ਦੇ ਵਿੱਚ ਇੱਕ ਛੱਪੜ ਹੈ, ਰਾਧਾ ਦੋ ਛੱਪੜ ਨੇ, ਉਹਨਾਂ ਦਾ ਜਿਹੜਾ ਪਾਣੀ ਉਹ ਵੇਸਟ ਹੁੰਦਾ, ਅਤੇ ਉਹਦੇ ਲਈ ਵੀ ਅਸੀਂ ਇਹਨਾਂ ਦੇ ਲਈ ਇੱਕ ਪ੍ਰੋਜੈਕਟ ਬਣਾਇਆ ਜਿਹੜਾ ਆਲਰੇਡੀ ਅੰਡਰ ਐਗਜੀਕਿਊਸ਼ਨ ਹੈ। ਇਹਨਾਂ ਦੀ ਬਹੁਤ ਸਾਰੀ ਲੈਂਡ ਹੈ ਜਿਹੜੀ ਜਿਹਨੂੰ ਉਹਦੀ ਸਿੰਚਾਈ ਕੀਤੀ ਜਾ ਸਕਦੀ ਹੈ, ਔਰ ਕਿਉਂਕਿ ਇਹ ਜਿਹੜੇ ਛੱਪੜਾਂ ਦੇ ਪਾਣੀ 'ਚ ਬਾਇਓ ਫਰਟੀਲਾਈਜ਼ਰਸ ਹੁੰਦੇ ਨੇ, ਅਸੀਂ ਉਹਨਾਂ ਨੂੰ ਇੱਕ ਸੋਲਰ ਐਨਰਜੀ ਰਨ ਪ੍ਰੋਜੈਕਟ ਬਣਾ ਕੇ ਦੇ ਰਹੇ ਹਾਂ। ਅੰਡਰਗਰਾਊਂਡ ਪਾਈਪਲਾਈਨ ਦਾ ਜਿਹੜਾ ਸਾਰਾ ਕੰਮ ਲੋਕਾਂ ਦੇ ਖੇਤਾਂ 'ਚ ਹੋ ਚੁੱਕਿਆ, ਅਤੇ ਉਹਨੂੰ ਸਿਰਫ ਸੋਲਰ ਪੈਨਲ ਲਗਾ ਕੇ ਕਨੈਕਟ ਕਰਨਾ ਹੈ। ਉਹਦੇ ਨਾਲ ਕੀ ਹੋਏਗਾ ਕਿ ਪਿੰਡ ਦੀ ਜਿਹੜੀ ਆਲਰੇਡੀ ਫਸਲ ਹੈ ਉਹਦੇ 'ਚ ਹੋਰ ਵਾਧਾ ਹੋਏਗਾ, ਔਰ ਜਿਹੜਾ ਛੱਪੜ ਵੀ ਹੈ ਉਹ ਦੋਨੋਂ ਨੂੰ ਇਕੱਠੇ ਕਰਕੇ ਉਹਦੀ ਸਾਈਡ ਬਾਉਂਡਰੀ ਦੀ ਬਿਊਟੀਫਿਕੇਸ਼ਨ ਕਰਾਈ ਜਾ ਰਹੀ ਹੈ ਕਿ ਜੇ ਲੋਕ ਚਾਹੁਣ ਤਾਂ ਸ਼ਾਮ ਨੂੰ ਉੱਥੇ ਚੱਲ ਫਿਰ ਵੀ ਸਕਦੇ ਨੇ, ਔਰ ਉਹਨੂੰ ਸਸਟੇਨ ਕੀਤਾ ਜਾਏਗਾ ਬਿਊਟੀਫੁਲ ਐਵਨਿਊ ਪਲਾਂਟੇਸ਼ਨ ਦੇ ਨਾਲ। ਇਸ ਤੋਂ ਇਲਾਵਾ ਇਹਨਾਂ ਦੇ ਪਿੰਡ ਦੇ ਵਿੱਚ ਇੱਕ ਹੋਰ ਪ੍ਰੋਜੈਕਟ ਸੀਗਾ, ਇਹਨਾਂ ਨੂੰ ਰਿਟੇਨਿੰਗ ਵਾਲ ਦੀ ਲੋੜ ਸੀ ਇੱਕ ਛੱਪੜ ਦੇ ਵਿੱਚ, ਉਹ ਵੀ ਲਗਾਈ ਗਈ ਹੈ। ਮਾਨਕ ਢੇਰੀ ਦੇ ਲੋਕ ਆਪਣੀ ਨੇਕ ਕਮਾਈ ਦੇ ਜਮ੍ਹਾਂ ਕੀਤੇ ਪੈਸੇ ਜਮ੍ਹਾਂ ਜਾਂ ਕਢਵਾਉਣ ਲਈ ਪਿੰਡ ਤੋਂ ਬਾਹਰ ਜਾਣ ਦੇ ਮੁਹਤਾਜ ਨਹੀਂ। ਪਿੰਡ ਵਿੱਚ ਹੀ ਦੋ ਬੈਂਕ ਤੇ ਇੱਕ ਡਾਕਘਰ ਹਰ ਵੇਲੇ ਲੋਕਾਂ ਲਈ ਕਾਰਜਸ਼ੀਲ ਹੈ। ਇੰਨਾ ਹੀ ਨਹੀਂ, ਪੈਸੇ ਨਾ ਹੋਣ ਦੀ ਸੂਰਤ ਵਿੱਚ ਘੱਟ ਵਿਆਜ ਤੇ ਹਰ ਵਰਗ ਲਈ ਕਰਜ਼ੇ ਦੀ ਵਿਸ਼ੇਸ਼ ਸਹੂਲਤ ਹੈ। ਕਿਸਾਨਾਂ ਲਈ ਮਾਨਕ ਢੇਰੀ ਵਿੱਚ ਸਰਕਾਰ ਵੱਲੋਂ ਮੰਡੀ ਕਰਨ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਕਿਸਾਨ ਆਪਣੀ ਜਿਣਸ ਉਚਿਤ ਮੁੱਲ ਤੇ ਇੱਥੇ ਹੀ ਵੇਚ ਸਕਦੇ ਨੇ। ਪਿੰਡ ਮਾਨਕ ਢੇਰੀ ਦੇ ਵਿੱਚ ਇਸ ਪੰਚਾਇਤ ਦੇ ਕਾਰਜਕਾਲ ਦੌਰਾਨ ਬਹੁਤ ਜਿਹੜੇ ਆ ਵਿਕਾਸ ਦੇ ਕੰਮ ਹੋਏ ਆ, ਜਿਵੇਂ ਕਿ ਛੱਪੜ ਆ ਚੜ੍ਹਦੀ ਵੱਲ ਦੇ ਗੁਰਦੁਆਰੇ ਦੇ ਨੇੜੇ ਬਹੁਤ ਖਸਤਾ ਹਾਲ ਦੇ ਵਿੱਚ ਸੀ, ਇਹਨੂੰ ਸਿੰਚਾਈ ਵਿਭਾਗ ਵਾਲਿਆਂ ਨੇ ਪੱਕਾ ਕੀਤਾ। ਦੂਜੇ ਪਾਸੇ ਲਹਿੰਦੇ ਪਾਸੇ ਛੱਪੜ ਦੀ ਜਿਹੜੀ ਡਿਵੈਲਪਮੈਂਟ ਹੈ ਉਹਦਾ ਕੰਮ ਵੀ ਚੱਲ ਰਿਹਾ। NRI ਵੀਰਾਂ ਦੀ ਮਦਦ ਦੇ ਨਾਲ ਸਾਂਝਾ ਸ਼ਮਸ਼ਾਨ ਘਾਟ, ਜਦਕਿ ਉਹਦੀ ਹਾਲਤ ਬਹੁਤ ਪਹਿਲਾਂ ਮਾੜੀ ਸੀਗੀ, ਇਸ ਵੇਲੇ ਉਹ ਦੇਖਣ ਯੋਗ ਆ, ਬਹੁਤ ਹੀ ਫਸਟ ਕਲਾਸ, ਉੱਥੇ ਸਾਰੀਆਂ ਸੁਵਿਧਾਵਾਂ ਹੈਗੀਆਂ, ਉਹ ਜਿਹੜਾ ਹੈਗਾ NRI ਵੀਰਾਂ ਦੀ ਮਦਦ ਦੇ ਨਾਲ ਤਿਆਰ ਕੀਤਾ ਗਿਆ। ਨੌਜਵਾਨ ਸਾਡੇ ਭਵਿੱਖ ਦਾ ਸਰਮਾਇਆ ਨੇ, ਸਰਕਾਰ ਨੇ ਇਹਨਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਕਸਰਤ ਕੇਂਦਰ ਕਾਇਮ ਕਰਕੇ ਬਹੁਤ ਵੱਡਾ ਹੰਭਲਾ ਮਾਰਿਆ ਹੈ। ਸਵੇਰੇ ਸ਼ਾਮ ਨੌਜਵਾਨ ਆਪਣੀ ਸਿਹਤ ਦੇ ਨਾਲ ਨਾਲ ਭਾਈਚਾਰਕ ਏਕਤਾ ਦਾ ਸਬੂਤ ਵੀ ਦਿੰਦੇ ਨੇ। ਪਤਾ ਹੀ ਨਹੀਂ ਲੱਗਦਾ ਕਿਹੜੀ ਕਿਹੜੀ ਸਰਕਾਰ ਦੀ ਉਪਲਬਧੀ ਗਿਣਾਈਏ। ਪਿੰਡਾਂ ਵਿੱਚ ਆਵਾਜਾਈ ਦੇ ਸਾਧਨ ਬਹੁਤ ਹੀ ਵਧੀਆ ਢੰਗ ਨਾਲ ਪ੍ਰਫੁੱਲਤ ਕੀਤੇ ਗਏ ਨੇ।
ਵੱਖ-ਵੱਖ ਸ਼ਹਿਰਾਂ ਨੂੰ ਜਾਣ ਲਈ ਇੱਥੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਜਿਸ ਨਾਲ ਇਸ ਪਿੰਡ ਦੇ ਭਾਗ ਹੋਰ ਵੀ ਚੰਗੇ ਹੋ ਗਏ ਨੇ। ਵੈਸੇ ਤਾਂ ਇਸ ਪਿੰਡ ਦੇ ਲੋਕ ਬਹੁਤ ਸਾਊ ਨੇ, ਪਰ ਕਦੇ ਕਦੇ ਕਿਤੇ ਕਿਤੇ ਕੋਈ ਭਾਂਡਾ ਖੜਕ ਹੀ ਪੈਂਦਾ ਹੈ, ਤਾਂ ਇਸ ਸੂਰਤ ਵਿੱਚ ਪਿੰਡ ਦੀ ਪੰਚਾਇਤ ਦੀ ਬਹੁਤ ਵੱਡੀ ਭੂਮਿਕਾ ਮੰਨੀ ਜਾਂਦੀ ਹੈ। ਛੋਟੇ ਤੋਂ ਛੋਟੇ ਝਗੜੇ ਤੇ ਗਲਤ ਫਹਿਮੀਆਂ ਮਿਲ ਬੈਠ ਕੇ ਦੂਰ ਕਰ ਲਏ ਜਾਂਦੇ ਨੇ। ਪਿੰਡ ਵਿੱਚ ਸਾਲ ਵਿੱਚ 2 ਵਾਰ ਆਮ ਇਜਲਾਸ ਕਰਕੇ ਸਾਰੇ ਕੰਮ ਦੀ ਸਮੀਖਿਆ ਅਤੇ ਚਿੰਤਨ ਕੀਤਾ ਜਾਂਦਾ ਹੈ। ਪੰਚਾਇਤੀ ਰਾਜ ਝਗੜੇ ਹੀ ਨਹੀਂ ਬਲਕਿ ਵਿਕਾਸ ਦੇ ਵੱਡੇ ਤੋਂ ਵੱਡੇ ਕੰਮ ਕਰਨ 'ਚ ਵੀ ਬਹੁਤ ਸਮਰੱਥ ਸਾਬਤ ਹੋਇਆ। ਇਸ ਕੜੀ ਵਿੱਚ ਹੋਰ ਕਈ ਰਕਮਾਂ ਤੋਂ ਇਲਾਵਾ ਇਕੱਲੇ ਹੁਸ਼ਿਆਰਪੁਰ ਇੱਕ ਵੱਲੋਂ ਪਿੰਡ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ 26 ਲੱਖ ਰੁਪਏ ਤੋਂ ਵੱਧ ਦੀ ਗ੍ਰਾਂਟ ਖਰਚੀ ਜਾ ਚੁੱਕੀ ਹੈ। ਪਿੰਡ ਮਾਨਕ ਢੇਰੀ ਵਧਾਈ ਦਾ ਪਾਤਰ ਹੈ ਕਿ ਇਸ ਵਿਕਾਸ ਦੇ ਸਿਲਸਿਲੇ 'ਚ ਨਰੇਗਾ ਸਕੀਮ ਨੇ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਪਿੰਡ ਦੀ ਸਮੁੱਚੀ ਸਫਾਈ ਤੇ ਭਲਾਈ ਲਈ ਹਰ ਵੇਲੇ ਕਾਰਜਸ਼ੀਲ ਪਿੰਡ ਦੇ ਸਰਪੰਚ ਸੰਦੀਪ ਸਿੰਘ ਨੇ ਪਿੰਡ ਦੇ ਸਮੁੱਚੇ ਲੋਕਾਂ ਨੂੰ ਨਾਲ ਲੈ ਕੇ ਇਸ ਵਿਕਾਸ ਦੇ ਪ੍ਰੋਜੈਕਟ ਨੂੰ ਸਿਰੇ ਚੜਾਇਆ। ਪੰਚਾਇਤ ਮੰਗ ਢੇਰੀ ਗ੍ਰਾਮ ਪੰਚਾਇਤ ਇੱਕ ਮਤਲਬ ਬੜੀਆਂ ਸਹੂਲਤਾਂ ਪਿੰਡ ਨੂੰ ਹੋਈਆਂ, ਬੜੀ ਡਿਵੈਲਪਮੈਂਟ ਕੀਤੀ ਹੈ। ਸਾਰਾ ਪਿੰਡ ਦੇ ਵਿੱਚ ਏਕਤਾ ਆ, ਕੋਈ ਕਿਸੇ ਦੇ ਨਾਲ ਪਾਰਟੀਬਾਜ਼ੀ ਨਹੀਂ ਹੈਗੀ। ਇਹ ਪਿੰਡ ਦੇ ਵਿਕਾਸ ਵਿੱਚ ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਗਈਆਂ, ਛੱਪੜਾਂ ਦੀ ਸਫਾਈ ਕੀਤੀ ਗਈ, ਇਹਨਾਂ ਦੇ ਵਿੱਚ ਵੀ ਇਹਨਾਂ ਨੂੰ ਠੀਕ ਮੋਡੀਫਾਈ ਕੀਤਾ ਗਿਆ। ਮੇਰੇ ਪਿੰਡ ਦੇ ਸਰਬਪੱਖੀ ਵਿਕਾਸ ਵਾਸਤੇ ਸਰਕਾਰਾਂ ਨੇ 26 ਲੱਖ ਰੁਪਇਆ ਪਿੰਡ ਨੂੰ ਦਿੱਤਾ ਅਤੇ ਕੁਝ ਪਿੰਡ ਦੇ ਨਗਰ ਵਾਸੀਆਂ ਨੇ ਵੀ ਮੇਰਾ ਸਾਥ ਦੇ ਕੇ ਉਹ ਪਿੰਡ ਦੇ ਵਿੱਚ ਚਿੱਟੀਆਂ ਇੱਟਾਂ ਅਤੇ ਨਾਲੀਆਂ ਜਿੱਥੇ ਕਿ ਹੁਣ ਕੋਈ ਪਾਣੀ ਨਹੀਂ ਖੜਦਾ ਅਤੇ ਅੰਡਰਗਰਾਊਂਡ ਪਾਈਪ ਜਿੱਥੇ ਕਿ ਕਿਸੇ ਗੱਲ ਦੀ ਵੀ ਕੋਈ ਤੰਗੀ ਨਹੀਂ ਹੋਣ ਦਿੱਤੀ। ਹੋਰ ਸਾਡੇ ਪਿੰਡ ਵਿੱਚ ਪੂਰੀ ਭਾਈਚਾਰਾ, ਪੂਰੀ ਏਕਤਾ, ਸਾਰੇ ਇਕੱਠ ਹਨ। ਕਿਸੇ ਦੀ ਕਿਸੇ ਦਾ ਕੋਲ ਜੇ ਕੋਈ ਮਾੜਾ ਮੋਟਾ ਲੜਾਈ ਝਗੜਾ ਹੁੰਦਾ ਵੀ ਹੈ, ਉਸੀਂ ਪਿੰਡ ਦੇ ਵਿੱਚ ਹੀ ਸੁਲਝਾ ਕੇ ਮੋਹਦਵਾਰ ਸੱਜਣ ਪੰਚਾਇਤ ਪੂਰੀ ਪਿੰਡ ਦੇ ਬਾਹਰ ਨਹੀਂ ਜਾਣ ਦਿੰਦੇ, ਪਿੰਡ ਦੇ ਵਿੱਚ ਹੀ ਸੁਲਝਾ ਕੇ ਘਰੇ ਬਿਠਾ ਕੇ ਐਨ ਵਧੀਆ ਢੰਗ ਨਾਲ ਰਾਜੀਨਾਮੇ ਵੀ ਕਰਾਉਂਦੇ ਹਾਂ। ਇਹ ਸੱਚ ਹੈ ਕਿ ਸਾਡੇ ਪਿੰਡਾਂ ਵਿੱਚ ਰੱਬ ਵੱਸਦਾ, ਸਾਨੂੰ ਸਵਰਗਾਂ ਦੀ ਲੋੜ ਕੋਈ ਨਾ। ਅਸੀਂ ਤਾਂ ਬਲਕਿ ਇਹੀ ਕਹਾਂਗੇ ਕਿ ਸਾਡੇ ਪਿੰਡ ਮਾਨਕ ਢੇਰੀ ਵਿੱਚ ਰੱਬ ਵੱਸਦਾ ਹੈ। ਸਾਡੀ ਦੁਆ ਹੈ ਕਿ ਸ਼ਾਲਾ ਪੰਜਾਬ ਦੇ ਸਾਰੇ ਪਿੰਡ ਮਾਨਕ ਢੇਰੀ ਦੀ ਪ੍ਰੇਰਣਾ ਲੈ ਕੇ ਇਸ ਤੋਂ ਵੀ ਵੱਧ ਤਰੱਕੀ ਕਰਨ। ਆਮੀਨ।